ਦੇਖੋ ਜਦੋਂ ਬਠਿੰਡਾ ਨੇੜੇ ਇੱਕ ਪੱਠੇ ਤੇ ਡਿੱਗੀ ਅਸਮਾਨੀ ਬਿਜਲੀ, ਮਜ਼ਦੂਰਾਂ ਦੇ ਨਾਲ ਤਿੰਨ ਬੱਚੇ ਵੀ ਹੋਏ ਬੇਹੋਸ਼। ਦੋ ਮਰੀਜ਼ ਆਏ ਹੈਗੇ ਜਿਨ੍ਹਾਂ ਉੱਪਰ ਅਸਮਾਨੀ ਬਿਜਲੀ ਗਿਰੀ ਹੈ ਜਿਸ ਤਰ੍ਹਾਂ ਉਹ ਕਹਿ ਰਹੇ ਨੇ। ਸਾਡੇ ਕੋਲ ਦੋ ਪੇਸ਼ੈਂਟ ਹੈ, ਸੰਗੀਤਾ ਜਿਨ੍ਹਾਂ ਦੀ ਉਮਰ ਲਗਭਗ 16 ਸਾਲ ਹੈ ਅਤੇ ਇੱਕ ਸੁਸ਼ਮਾ ਜਿਨ੍ਹਾਂ ਦੀ ਉਮਰ ਲਗਭਗ 11 ਸਾਲ ਹੈ। ਉਹ ਮੁੱਢਲੇ ਤੌਰ 'ਤੇ ਮਰੀਜ਼ ਬਿਲਕੁਲ ਠੀਕ ਨੇਗੇ, ਉਹਨਾਂ ਨੂੰ ਅਸੀਂ ਥੋੜ੍ਹਾ ਚਿਰ ਆਪਣੀ ਦੇਖਭਾਲ ਵਿੱਚ ਰੱਖਾਂਗੇ। ਇੱਕ ਵਾਰੀ ਉਹਨਾਂ ਦੀ ਕੰਡੀਸ਼ਨ ਸਟੇਬਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰ ਪਿਆਰਿਓ, ਤੁਸੀਂ ਸਭ ਆਖੋ ਵੀ ਜਾਣਦੇ ਹੋ ਕਿ ਬੀਤੇ ਇੱਕ ਦਿਨਾਂ ਤੋਂ ਪੰਜਾਬ ਦਾ ਮੌਸਮ ਬਹੁਤ ਸੁਹਾਵਣਾ ਹੋਇਆ ਪਿਆ। ਇਹ ਵਿੱਚ ਬੱਦਲਬਾਰੀ ਹੁੰਦੀ ਹੈ ਤੇ ਬੱਦਲ ਜ਼ੋਰ ਨਾਲ ਗਰਜ ਕੇ ਮੀਂਹ ਦੀਆਂ ਬੌਛਾਰਾਂ ਵੀ ਲਗਾਤਾਰ ਹੋ ਰਹੀਆਂ ਸਨ। ਇਸੇ ਦੌਰਾਨ ਇੱਕ ਦਰਦਨਾਕ ਹਾਦਸਾ ਬਠਿੰਡਾ ਨੇੜਲੇ ਪਿੰਡ ਅਲੁਆਣਾ ਵਿਖੇ ਵਾਪਰਿਆ, ਜਿੱਥੇ ਇੱਕ ਪੱਠੇ ਉੱਤੇ ਆਸਮਾਨੀ ਬਿਜਲੀ ਡਿੱਗ ਪਈ, ਜਿਸ ਕਾਰਨ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ 3 ਬੱਚੇ ਬੇਹੋਸ਼ ਹੋ ਗਏ। ਉਹਨਾਂ ਨੂੰ ਤੁਰੰਤ ਚੱਕ ਕੇ ਨੌਜਵਾਨ ਕਲੱਬ ਦੇ ਮੈਂਬਰਾਂ ਵੱਲੋਂ ਅਬਲੂ ਦੇ ਹਸਪਤਾਲ ਵਿੱਚ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਬੱਚੇ ਨੂੰ ਨਾਰਮਲ ਦੱਸਦਿਆਂ ਛੁੱਟੀ ਦੇ ਦਿੱਤੀ ਅਤੇ 2 ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਡਾਕਟਰਾਂ ਨੇ ਇਹਨਾਂ ਬੱਚਿਆਂ ਦਾ ਇਲਾਜ ਕੀਤਾ ਅਤੇ ਦੱਸਿਆ ਕਿ ਉਹ ਖਤਰੇ ਤੋਂ ਬਾਹਰ ਹਨ, ਪਰ ਅਸੀਂ ਕੁਝ ਘੰਟੇ ਇਹਨਾਂ ਨੂੰ ਆਪਣੀ ਦੇਖ ਰੇਖ ਵਿੱਚ ਜ਼ਰੂਰ ਰੱਖਾਂਗੇ। ਮੇਰਾ ਨਾਮ ਡਾਕਟਰ ਹਰਸ਼ਿਤ ਗੋਇਲ ਹੈ ਜੀ। ਇਹ ਜੀ ਦੋ ਮਰੀਜ਼ ਆਏ ਹੈਗੇ ਜਿਨ੍ਹਾਂ ਉੱਪਰ ਆਸਮਾਨੀ ਬਿਜਲੀ ਗਿਰੀ ਹੈ ਜਿਸ ਤਰ੍ਹਾਂ ਉਹ ਕਹਿ ਰਹੇ ਨੇ। ਸਾਡੇ ਕੋਲ ਦੋ ਪੇਸ਼ੈਂਟ ਹੈ, ਸੰਗੀਤਾ ਜਿਨ੍ਹਾਂ ਦੀ ਉਮਰ ਲਗਭਗ 16 ਸਾਲ ਹੈ ਅਤੇ ਇੱਕ ਸੁਸ਼ਮਾ ਜਿਨ੍ਹਾਂ ਦੀ ਉਮਰ ਲਗਭਗ 11 ਸਾਲ ਹੈ। ਉਹ ਮੁੱਢਲੇ ਤੌਰ 'ਤੇ ਮਰੀਜ਼ ਬਿਲਕੁਲ ਠੀਕ ਨੇਗੇ, ਉਹਨਾਂ ਨੂੰ ਅਸੀਂ ਥੋੜ੍ਹਾ ਚਿਰ ਆਪਣੀ ਦੇਖਭਾਲ ਵਿੱਚ ਰੱਖਾਂਗੇ। ਇੱਕ ਵਾਰੀ ਉਹਨਾਂ ਦੀ ਕੰਡੀਸ਼ਨ ਸਟੇਬਲ ਹੈ ਜੀ। ਕਾਰਨ ਬਾਰੇ ਤਾਂ ਜੀ ਅਜੇ ਕੁਛ ਨਹੀਂ, ਉਹ ਜਿਸ ਤਰ੍ਹਾਂ ਕਹਿ ਰਹੇ ਆ ਵੀ ਕਹਿ ਰਹੇ ਸਾਡੇ ਉੱਪਰ ਆਸਮਾਨੀ ਬਿਜਲੀ ਗਿਰੀ ਹੈ ਜੀ। ਸਰ ਸਾਡੇ ਦਫ਼ਤਰ ਕੋਲ ਆਈ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਦਫ਼ਤਰ ਸੋਨੂ ਮੇਸਰੀ ਨੂੰ ਕਿ 10:30 ਦਾ ਟਾਈਮ ਸੀਗਾ, ਬੱਲੂਆਣਾ ਰੋਡ ਦੇ ਇੱਕ ਰਾਜੂ ਦਾ ਭੱਠਾ ਜੀ, ਅਤੇ ਉੱਥੇ ਲੇਬਰ ਕੰਮ ਕਰਦੀ ਹੈ ਜੀ। ਉੱਥੇ ਜਦੋਂ ਬਿਜਲੀ ਡਿੱਗੀ ਅਤੇ 2 ਬੱਚੇ ਵਾਹਵਾ ਸੀਰੀਅਸ ਹੋ ਗਏ ਸੀਗੇ ਜੀ। ਪਹਿਲਾਂ ਬੱਲੂਆਣੇ ਹਸਪਤਾਲ ਦੇ ਵਿੱਚ ਲੈ ਗਏ, ਉਹਨਾਂ ਨੇ ਰੈਫਰ ਬਠਿੰਡੇ ਕਰਤਾ ਜੀ ਸਰਕਾਰੀ ਹਸਪਤਾਲ ਦੇ ਵਿੱਚ। ਅਸੀਂ ਬਠਿੰਡੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਜੀ, ਜਮਾਂ ਬੇਹੋਸ ਸੀਗੇ ਬੱਚੇ ਜੀ। ਉਹ ਹੁਣ ਕਿਹੜਾ ਠੀਕ ਆ ਜੀ, ਕਿਹੜਾ ਮਾੜਾ ਮੋਟਾ ਝਾਕਦੇ ਜੀ, ਅਤੇ ਉਹ ਬੱਚੇ ਬਹੁਤ ਜ਼ਿਆਦਾ ਸੀਰੀਅਸ ਸੀਗੇ। ਇਹ ਸਰ ਬੱਚੇ 3 ਸੀਗੇ ਜੀ, ਅਤੇ 1 ਤਾਂ ਠੀਕ ਆ ਜੀ, 2 ਵਾਹਵਾ ਸੀਰੀਅਸ ਸੀਗੇ। ਸਰ ਇਹ ਉੱਥੇ ਕੰਮ ਕਰੀ ਜਾਂਦੇ ਸੀਗੇ ਜੀ ਲੇਬਰ ਵਾਲੇ, ਬਸ ਲੇਬਰ ਵਾਲਿਆਂ ਦੇ ਕੋਲ ਡਿੱਗੀ ਜਦੋਂ 3 ਬੱਚੇ ਸੀਗੇ ਜੀ, ਦੋਨਾਂ ਨੂੰ ਲਿਆਂਦਾ ਅਤੇ 1 ਬੱਚਾ ਠੀਕ। ਮੇਰਾ ਨਾਂ ਰਜਿੰਦਰ ਰਾਜੂ ਜੀ। ਇਹ ਬਿਜਲੀ ਬੱਲੂਆਣਾ ਭੱਠਾ ਸਾਡਾ, ਇੱਥੇ ਬੱਚੇ ਜਿਹੜੇ ਬਾਹਰ ਖੇਡ ਰਹੇ ਸੀਗੇ, ਅਤੇ ਉਦੋਂ ਪਤਾ ਲੱਗਿਆ ਵੀ ਜਦੋਂ ਬਿਜਲੀ ਗਿਰੀ ਤਾਂ ਭੱਜ ਕੇ ਆਏ ਵੀ, ਐਂ ਕਰਕੇ ਬਿਜਲੀ ਗਿਰ ਗਈ। 3 ਬੱਚੇ ਜਿਹੜੇ ਹੈ ਬੇਹੋਸ਼ ਹੋ ਗਏ ਸੀ ਮੌਕੇ 'ਤੇ। 1 ਬੱਚਾ ਤਾਂ ਜਿਹੜਾ ਹੈ ਠੀਕ ਹੈ ਇਸ ਵੇਲੇ ਉੱਥੇ, 2 ਬੱਚੇ ਸੀ ਹੋਸਪਿਟਲ, ਮੁੱਢਲੀ ਸਹਾਇਤਾ ਮਿਲੀ ਹੈ ਸਾਨੂੰ, ਉਹਨਾਂ ਨੇ ਰੈਫਰ ਕਰਤਾ ਬਠਿੰਡਾ ਹੋਸਪਿਟਲ ਦੇ ਵਿੱਚ, ਅਤੇ ਉਹ ਖਤਰੇ ਤੋਂ ਬਾਹਰ ਆ ਰਹੇ ਸੀ। ਗੁਰਪਿਆਰੇ, ਪੰਜਾਬ ਨੂੰ ਉਦਾਂ ਹੀ ਮਾੜੀ ਸਿਆਸਤ ਨੇ ਮਾਰਿਆ ਹੋਇਆ ਹੈ, ਪਰ ਉਸ ਦੇ ਉੱਤੇ ਅਗਰ ਕੁਦਰਤੀ ਕਹਿਰ ਟੁੱਟ ਪਵੇ ਤਾਂ ਫਿਰ ਤੁਸੀਂ ਆਪ ਸੋਚ ਸਕਦੇ ਹੋ ਕਿ ਪੰਜਾਬ ਦੇ ਅਜਿਹੇ ਗਰੀਬ ਲੋਕਾਂ ਦਾ ਕੀ ਬਣੇਗਾ। ਪਰ ਨੌਜਵਾਨ ਕਲੱਬ ਦੇ ਮੈਂਬਰਾਂ ਵਾਂਗ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਨੇ ਜੋ ਸਰਕਾਰਾਂ ਤੋਂ ਇੱਕ ਕਦਮ ਅੱਗੇ ਹੋ ਕੇ ਗਰੀਬ ਗੁਰਬਿਆਂ ਦੀ ਮਦਦ ਕਰਦੀਆਂ ਨੇ, ਲੋਕਾਂ ਦਾ ਧਿਆਨ ਰੱਖਦੀਆਂ ਨੇ, ਉਹਨਾਂ ਨੂੰ ਹਰ ਸੁੱਖ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਹਮੇਸ਼ਾ ਤਤਪਰ ਰਹਿੰਦੀਆਂ ਨੇ। ਪਰ ਇਹ ਹੁਣ ਪੰਜਾਬ ਦੀ ਆਵਾਮ ਨੂੰ ਤੈਅ ਕਰਨਾ ਹੋਵੇਗਾ ਕਿ 2022 ਦੀਆਂ ਚੋਣਾਂ ਦੇ ਵਿੱਚ ਕੀ ਇਹਨਾਂ ਰਵਾਇਤੀ ਪਾਰਟੀਆਂ ਉੱਤੇ ਤੁਸੀਂ ਭਰੋਸਾ ਕਰਨਾ ਹੈ, ਜਾਂ ਕਿਸੇ ਤੀਸਰੀ ਧਿਰ ਨੂੰ ਮਜ਼ਬੂਤੀ ਨਾਲ ਬਹੁਮਤ ਦੇ ਕੇ ਜਿਤਾ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਕਰਵਾ ਕੇ ਪੰਜਾਬ ਦਾ ਵੀ ਦਿੱਲੀ ਵਾਂਗ ਤਖਤਾ ਪਲਟ ਕਰਨਾ ਹੈ, ਤਾਂ ਜੋ ਪੰਜਾਬ ਦੀ ਜਵਾਨੀ ਬਚਾਈ ਜਾ ਸਕੇ, ਪੰਜਾਬ ਦੀ ਕਿਸਾਨੀ ਬਚਾਈ ਜਾ ਸਕੇ, ਪੰਜਾਬ ਨੂੰ ਮੰਦੀ ਦੇ ਦੌਰ 'ਚੋਂ ਬਾਹਰ ਕੱਢਿਆ ਜਾ ਸਕੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਬਠਿੰਡਾ ਤੋਂ AS ਕੈਂਥ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।